ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ ਆਵਾਜ਼ ਪੰਜਾਬ ਦੀ। ਮੈਂ ਹਾਂ ਵਿਜੇਪਾਲ ਸਿੰਘ ਤੇਜੀ। ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਇਸ ਕੈਨੇਡਾ ਮਿਊਜ਼ੀਕਲ ਕੰਪਨੀ ਵੱਲੋਂ ਅਤੇ ਸ਼ਾਮ ਪਨੋਰੀ ਕੈਨੇਡਾ ਦੇ ਪ੍ਰਯਾਸ ਦਾ ਸਦਕਾ ਕੇ ਇਤਿਹਾਸਿਕ ਸ਼੍ਰੋਮਣੀ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਵਿਖੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਏ ਗਏ। ਰੁੱਖ ਅਤੇ ਮਨੁੱਖ ਦਾ ਰਿਸ਼ਤਾ ਅਨੰਤ ਕਾਲ ਤੋਂ ਹੈ। ਪੁਰਾਣੇ ਸਮੇਂ ਡੇਕਾਂ, ਪਿੱਪਲ, ਬੋਹੜ, ਤੂਤ, ਜਾਮਣ ਪੰਜਾਬ ਦੀ ਪਹਿਚਾਣ ਹੁੰਦਾ ਸੀ ਅਤੇ ਪੰਜਾਬੀ ਲੋਕ ਗੀਤਾਂ ਵਿੱਚ ਵੀ ਇਹਨਾਂ ਦਾ ਖੂਬਸੂਰਤ ਜ਼ਿਕਰ ਵੀ ਮਿਲਦਾ ਹੈ। ਇਸ ਦੇ ਚੱਲਦਿਆਂ ਅੱਜ ਸ਼ਾਮ ਪਨੋਰੀ ਕੈਨੇਡਾ ਵੱਲੋਂ ਚੱਕ ਹਕੀਮ ਮੰਦਿਰ ਵਿੱਚ ਇਹ ਸਾਰੇ ਰੁੱਖ ਲਗਵਾਏ ਗਏ। ਅੱਜ ਦੇ ਯੁੱਗ ਵਿੱਚ ਵਾਤਾਵਰਨ ਵਿੱਚ ਬਹੁਤ ਹੀ ਮਾੜੇ ਬਦਲਾਅ ਹੋ ਗਏ ਹਨ। ਭਿਆਨਕ ਬਿਮਾਰੀਆਂ, ਮਹਾਂਮਾਰੀ ਫੈਲਾ ਰਹੀਆਂ ਹਨ। ਅੱਜ ਸਮੇਂ ਦੀ ਲੋੜ ਹੈ ਕਿ ਵੱਧ ਤੋਂ ਵੱਧ ਬੂਟੇ ਲਗਾ ਕੇ ਉਹਨਾਂ ਦਾ ਚੰਗੀ ਤਰ੍ਹਾਂ ਪਰਵਰਿਸ਼ ਕੀਤੀ ਜਾਵੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਾਮ ਪਟੋਰੀ ਵੱਲੋਂ ਕੀਤੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਇਸ ਕੈਨੇਡਾ ਮਿਊਜ਼ਿਕ ਕੰਪਨੀ ਦੇ MD ਨੂੰ ਸਰੋਪੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗਾਇਕ ਮਕਬੂਲ, ਯਸ਼ ਵਰਨਾ, ਘੁੱਲਾ ਸਰਿਆਲੇਵਾਲਾ, ਅਸ਼ੋਕ ਸੰਧੀ, ਗੋਪੀ ਪੰਡੋਰੀ, ਕੁਲਵਿੰਦਰ ਕਿੰਦਾ, ਬਲਵਿੰਦਰ ਪੱਪੂ ਤੋਂ ਇਲਾਵਾ ਮੈਂਬਰ ਸਾਹਿਬਾਨ ਹਾਜ਼ਰ ਸਨ। ਫਗਵਾੜਾ ਤੋਂ ਕਰਨਦੀਪ ਸਿੰਘ ਤੇਜੀ ਦੀ ਰਿਪੋਰਟ। ਸਭ ਤੋਂ ਪਹਿਲਾਂ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਘੁੱਲਾ ਸਰਿਆਲੇ ਵਾਲਾ। ਅੱਜ ਮੈਂ ਬਹੁਤ ਹੀ ਮਾਣ ਦੇ ਨਾਲ ਇਹ ਗੱਲ ਕਰਨ ਲੱਗਿਆ, ਤੁਹਾਡੇ ਨਾਲ ਦਿਲ ਦੀ ਗੱਲ ਸਾਂਝੀ ਕਰਨ ਲੱਗਿਆ। ਸਾਡੇ ਬਹੁਤ ਹੀ ਪਿਆਰੇ ਵੀਰ, ਮੇਰੇ ਪਰ ਮਿੱਤਰ, ਯਾਰਾਂ ਦੇ ਯਾਰ, ਬਹੁਤ ਵੱਡੇ ਦੋਸਤਾਰ ਔਰ ਬਹੁਤ ਹੀ ਅੱਛੇ ਗਾਇਕ ਸ਼ਾਮ ਪਟੋਰੀ ਕੈਨੇਡਾ ਅਤੇ ਉਹਨਾਂ ਦੀ ਕੰਪਨੀ ਇਸ ਕੈਨੇਡਾ ਮਿਊਜ਼ਿਕ ਕੰਪਨੀ, ਉਹਨਾਂ ਵੱਲੋਂ ਅਨਿਲ ਸੰਧੀ ਜੀ, ਉਹਨਾਂ ਦਾ ਬੇਟਾ, ਉਹਨਾਂ ਵੱਲੋਂ ਸਾਂਝੇ ਤੌਰ 'ਤੇ ਇੱਕ ਉਪਰਾਲਾ ਕੀਤਾ ਗਿਆ। ਉਹਨਾਂ ਨੇ ਬਹੁਤ ਅਨੇਕਾਂ ਉਪਰਾਲੇ ਕੀਤੇ ਨੇ, ਮੈਂ ਜ਼ਿਕਰ ਕਰਨਾ ਬਹੁਤ ਜ਼ਰੂਰ ਸਮਝਦਾ, ਕਿਉਂਕਿ ਅੱਜ ਮੇਰੇ ਨਾਲ ਉਹਨਾਂ ਦੇ ਮੈਂਬਰ ਅਸ਼ੋਕ ਜੀ ਨੇ ਔਰ ਸਾਡੇ ਵੀਰ ਗੋਪੀ ਜੀ ਨੇ ਔਰ ਮੇਰੇ ਵੀਰ ਕੁਲਵਿੰਦਰ ਕਿੰਦਾ ਜੀ ਨੇ ਔਰ ਸਾਡੇ ਬਲਵਿੰਦਰ ਪੱਪੂ ਜੀ ਨੇ, ਮੇਰੇ ਸਾਥੀ ਨੇ। ਸੋ ਸਾਰੇ ਜਾਣਦੇ ਨੇ, ਤੁਸੀਂ ਵੀ ਸਾਰੇ ਜਾਣਦੇ ਹੋ, ਉਹਨਾਂ ਨੇ ਇਸ ਔਖੀ ਘੜੀ ਵਿੱਚ ਗਰੀਬ ਪਰਿਵਾਰਾਂ ਦੀ ਬੜੀ ਮਦਦ ਕੀਤੀ ਹੈ। ਉਹਨਾਂ ਨੇ ਆਰਥਿਕ ਮਦਦ ਕੀਤੀ ਹੈ, ਪੈਸੇ ਦਿੱਤੇ ਨੇ, ਰਾਸ਼ਨ ਦਿੱਤੇ ਨੇ ਔਰ ਮੈਂ ਕਹਿੰਦਾ ਵੀ ਉਹ ਮਸੀਹਾ ਬਣ ਕੇ ਦੁਖੀਆਂ ਵਾਸਤੇ ਆਏ ਨੇ ਔਰ ਮੈਂ ਇਹੋ ਜਿਹੇ ਵੀਰ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ, ਬਹੁਤ ਧੰਨਵਾਦ ਕਰਦਾ, ਕਿਉਂਕਿ ਯਾਰਾਂ ਦਾ ਯਾਰ ਹੈ, ਦਿਲਦਾਰ ਹੈ, ਮੇਰਾ ਬਹੁਤ ਕਰੀਬੀ ਹੈ। ਸੋ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਇਸ ਮੌਕੇ ਇੱਕ ਜਿਹੜੀ ਖਾਸ ਗੱਲ ਹੈ, ਆਪਾਂ ਗੁਰੂ ਘਰ ਦੇ ਵਿੱਚ ਬੈਠੇ ਹਾਂ, ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਵਿਖੇ ਖੜ੍ਹੇ ਹਾਂ। ਸੋ ਇੱਥੇ ਉਹਨਾਂ ਨੇ ਆਪਣੇ ਵੱਲੋਂ ਆਪਣੀ ਨੇਕ ਕਮਾਈ ਦੇ ਵਿੱਚੋਂ ਖਜੂਰਾਂ ਦੇ ਬੂਟੇ ਲਗਾਏ ਨੇ, ਖਜੂਰਾਂ ਦੇ ਬੂਟੇ ਲਗਾਏ ਨੇ ਔਰ ਮੈਂ ਸਮਝਦਾ ਕਿ ਖਜੂਰਾਂ ਵੱਡੀਆਂ ਹੋ ਜਾਣੀਆਂ, ਜਦੋਂ ਵੱਡੀਆਂ ਹੋ ਜਾਣੀਆਂ ਸੰਗਤ ਉੱਤੇ ਆਇਆ ਕਰਨੀ ਹੈ ਔਰ ਜਦੋਂ ਵੀ ਖਜੂਰਾਂ ਨੂੰ ਵੇਖਣਾ ਸਾਰੀ ਸੰਗਤ ਨੂੰ ਸ਼ਾਮ ਪੰਡੂਰੀ ਜੀ, ਉਹਨਾਂ ਦੀ ਯਾਦ ਆਇਆ ਕਰਨੀ ਹੈ ਔਰ ਇਹ ਬਹੁਤ ਹੀ ਨੇਕ ਉਪਰਾਲਾ। ਮੈਂ ਇਸ ਮੌਕੇ 'ਤੇ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਗੁਰੂ ਘਰ ਵਿੱਚ ਖੜ੍ਹਾ ਹੈ, ਗੁਰੂ ਮਹਾਰਾਜ ਦੇ ਚਰਨਾਂ 'ਚ, ਰਵਿਦਾਸ ਮਹਾਰਾਜ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ, ਬੇਨਤੀ ਕਰਦਾ, ਦੁਆ ਕਰਦਾ, ਫਰਿਆਦ ਕਰਦਾ ਕਿ ਮੇਰੇ ਵੀਰ ਸ਼ਾਮ ਪੰਡੋਰੀ ਜੀ, ਅਨਿਲ ਸਿੰਧੀ ਜੀ, ਉਹਨਾਂ ਦੇ ਪਰਿਵਾਰ 'ਤੇ ਪੂਰਾ ਮਿਹਰ ਭਰਿਆ ਹੱਥ ਰੱਖਣ, ਤੰਦਰੁਸਤੀਆਂ ਬਖਸ਼ਣ, ਚੜ੍ਹਦੀਆਂ ਕਲਾਂ ਵਿੱਚ ਰੱਖਣ ਅਤੇ ਮੈਂ ਆਪਣੇ ਵੱਲੋਂ ਉਹਨਾਂ ਨੂੰ ਸ਼ੁਭ ਸ਼ਾਮਾਂ ਦਿੰਦਾ। ਧੰਨਵਾਦ।